ਮਨਤਰੀ ਜਸਟਿਨ ਟੁੱਡੋ ਦਾ ਕਹਿਣਾ ਹੈ ਕਿ ਪੈਲੇਸਟਾਈਨ ਪੱਖੀ ਵਿਰੋਧ ਪ੍ਰਦਰਸ਼ਨ ਇਸ ਦੇ ਵਿੱਚ ਨਫ਼ਰਤ ਜਾਂ ਪਰੇਸ਼ਾਨ ਕਰਨ ਵਾਲਾ ਵਿਵਹਾਰ ਵੀ ਸ਼ਾਮਿਲ ਹੋ ਰਿਹਾ ਹੈ ਆਪਣੀ ਹੱਦ ਨੂੰ ਕਈ ਲੋਕ ਪਰਕਾਰ ਨੇ ਟ੍ਰੋਡੋ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ ਦੇ ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਤੋਂ ਸੁਣਿਆ ਹੈ ਜਿਨ੍ਹਾਂ ਨੇ ਕਮਿਊਨਿਟੀ ਸੈਂਟਰਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਦੇਖੇ ਨੇ ਜੋ ਹੁਣ ਅਸੁਰੱਖਿਅਤ ਮਹਿਸੂਸ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਇਜ਼ਰਾਈਲ ਹਮਾਸ ਯੁੱਧ ਦੇ ਦੌਰਾਨ ਗਾਜ਼ਾ ਪੱਟੀ ਵਿੱਚ ਹੋਏ ਦੁੱਖਾਂ ਤੋਂ ਬੇਪਰਵਾਹ ਨਹੀਂ ਹੈ ਤੇ ਕੈਨੇਡੀਅਨ ਨੂੰ ਵਿਰੋਧ ਕਰਨ ਤੇ ਆਪਣੇ ਗੁੱਸੇ ਨੂੰ ਕੱਢਣ ਦਾ ਹੱਕ ਵੀ ਹੈ ਪਰ ਟ੍ਰੋਡੋ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਪੁਲਿਸ ਸਮੇਤ ਕੈਨੇਡੀਅਨ ਕਾਨੂੰਨ ਦੇ ਅੰਦਰ ਰੱਖ ਕੇ ਹੀ ਕੰਮ ਕਰਨਗੇ ਤੇ ਇਹ ਯਕੀਨੀ ਬਣਾਉਣਗੇ ਕਿ ਹਰ ਕੋਈ ਸੁਰੱਖਿਤ ਮਹਿਸੂਸ ਕਰ ਸਕੇ ਮੰਗਲਵਾਰ ਨੂੰ ਕਿਉਬਿਕ ਦੀ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਮੋਂਟਰੀਅਲ ਤੇ ਇੱਕ ਸਨਾਗੋਗ ਦੇ ਇੱਕ ਯਹੂਦੀ ਸੰਗਠਨ ਨੂੰ ਕੁਝ ਪەلੈਸਟਾਈਨ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਉਹਨਾਂ ਦੀਆਂ ਇਮਾਰਤਾਂ ਦੇ 50 ਮੀਟਰ ਦੇ ਅੰਦਰ ਆਉਣ ਤੋਂ ਰੋਕਣ ਦਾ ਹੁਕਮ ਦਿੱਤਾ ਇਜ਼ਰਾਈਲ ਤੇ ਯਹੂਦੀ ਮਾਮਲਿਆਂ ਦੇ ਕੇਂਦਰ ਦੇ ਇੱਕ ਨੁਮਾਇੰਦੇ ਨੇ ਕਿਹਾ ਕਿ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਇੱਕ ਯਹੂਦੀ ਕਮਿਊਨਿਟੀ ਸੈਂਟਰ ਨੂੰ ਘੇਰ ਲਿਆ ਲੋਕਾਂ ਨੂੰ ਅੰਦਰ ਰੋਕਿਆ ਯਹੂਦੀ ਵਿਰੋਧੀ ਨਾਅਰੇ ਲਗਾਏ ਤੇ ਕਮਿਊਨਿਟੀ ਦੇ ਹੁਕਮਾਂ ਦੀ ਮੰਗ ਕੀਤੀ ਸਲੀਨਾ ਰੋਬਿੰਸਨ ਜੋ ਬੀਸੀ ਦੀ ਸਭ ਤੋਂ ਪ੍ਰਮੁੱਖ ਯਹੂਦੀ ਸਿਆਸਤਦਾਨ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਬੀਸੀ ਕੌਕਸ ਛੱਡ ਰਹੇ ਨੇ ਇਹਨਾਂ ਚਿੰਤਾਵਾਂ ਦੇ ਕਾਰਨ ਕਿ ਉਹਨਾਂ ਦੇ ਸਾਥੀ ਵਿਧਾਇਕਾਂ ਨੇ ਵਿਰੋਧੀਵਾਦ ਦੇ ਨਾਲ ਜਿਹੜੀ ਲੜਨ ਦੇ ਲਈ ਕੁਝ ਕੀਤਾ ਨਹੀਂ ਹੈ ਤੇ ਇਹ ਜੋ ਵੀ ਕੁਝ ਕਰ ਰਹੇ ਨੇ ਉਹ ਮੇਰੇ ਲਈ ਕਾਫੀ ਨਹੀਂ ਹੈ ਇਹ ਵੱਡਾ ਐਲਾਨ ਉਦੋਂ ਹੋਇਆ ਜਦੋਂ ਰੋਬਿੰਸਨ ਨੂੰ ਜਨਤਕ ਪ੍ਰतिकਰਮ ਤੋਂ ਬਾਅਦ ਇਜ਼ਰਾਈਲ ਦੀ ਭੂਮੀ ਦੇ ਲਈ ਦਿੱਤੇ ਬਿਆਨ ਤੋਂ ਬਾਅਦ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸਲੀਨਾ ਰੋਬਿੰਸਨ ਨੂੰ ਅਜਿਹਾ ਫੈਸਲਾ ਲੈਂਦੇ ਦੇਖਣਾ ਉਹਨਾਂ ਲਈ ਦੁੱਖ ਦੀ ਗੱਲ ਹੈ ਤੇ ਦੂਜੇ ਪਾਸੇ ਐਨਡੀਪੀ ਹਾਊਸ ਲੀਡਰ ਰਵੀ ਕਲੋ ਨੇ ਦੋਸ਼ਾਂ ਨੂੰ ਰੱਦ ਕੀਤਾ ਜਿਸ ਵਿੱਚ ਸਲੀਨਾ ਰੋਬਿੰਸਨ ਨੇ ਕਿਹਾ ਹੈ ਕਿ ਕਾਕਸ ਦੇ ਵਿੱਚ ਵਿਰੋਧੀਵਾਦ ਹੈ ਬੀਸੀ ਦੇ ਇੱਕ ਸਾਬਕਾ ਕੈਬਨਟ ਮੰਤਰੀ ਨੇ ਪਾਰਟੀ ਕਾਕਸ ਦੇ ਵਿੱਚ ਵਿਰੋਧੀ ਤੇ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਨਿਊ ਡੈਮੋਕਰੇਟ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ ਸੇਲਿਨਾ ਰੋਬਿੰਸਨ ਜੋ ਇੱਕ ਯਹੂਦੀ ਹੈ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਵਿੱਚ ਉਹ ਨਹੀਂ ਰਹਿ ਸਕਦੇ ਕਿਉਂਕਿ ਇਸ ਸੂਬੇ ਦੇ ਵਿੱਚ ਜਾਂ ਉਸ ਦੇ ਕੁਝ ਸਾਬਕਾ ਸਹਿਯੋਗੀਆਂ ਦੇ ਵਿੱਚ ਯਹੂਦੀ ਵਿਰੋਧੀਵਾਦ ਨੂੰ ਸਹੀ ਢੰਗ ਨਾਲ ਸੰਬੋਧਿਤ ਨਹੀਂ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਹੁਣ ਆਪਣੀਆਂ ਸੇਵਾਵਾਂ ਨਿਭਾਉਣਗੇ ਉਹਨਾਂ ਨੇ ਆਪਣੀ ਸੇਵਾ ਮੁਕਤੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਸ ਅਕਤੂਬਰ ਵਿੱਚ ਸੁਭਾਈ ਚੋਣਾ ਵਿੱਚ ਉਹ ਹਿੱਸਾ ਨਹੀਂ ਲੈਣਗੇ ਸਲੀਨਾ ਰੋਬਿੰਸਨ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਪਾਰਟੀ ਅੰਦਰ ਹੁਣ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਰੋਬਿੰਸਨ ਨੇ ਕਿਹਾ ਕਿ ਮੈਂ ਯਹੂਦੀ ਵਿਰੋਧ ਤੇ ਯਹੂਦੀ ਨਫ਼ਰਤ ਵਿਰੋਧ ਬੋਲਣ ਵਾਲੀ ਇਕਲੌਤੀ ਆਵਾਜ਼ ਨਹੀਂ ਬਣੀ ਇਸ ਸਭ ਨੇ ਯਹੂਦੀ ਲੋਕਾਂ ਨੂੰ ਅਸੁਰੱਖਿਅਤ ਮਹਿਸੂਸ ਕੀਤਾ ਹੈ ਤੇ ਮੈਂ ਸਭ ਪਿੱਛੇ 5 ਮਹੀਨਿਆਂ ਵਿੱਚ ਪ੍ਰੀਮੀਅਰ ਦੇ ਦਫ਼ਤਰ ਨਾਲ ਸਾਂਝਾ ਵੀ ਕੀਤਾ ਤੇ ਇਸ ਸਬੰਧੀ ਕੁਝ ਵੀ ਵੱਖਰਾ ਕਰਨਾ ਪਵੇਗਾ ਜੋ ਸਾਨੂੰ ਲੋੜ ਹੈ ਰੋਬਿੰਸਨ ਨੇ ਪਿਛਲੇ ਮਹੀਨੇ ਪੋਸਟ ਸਕੈਂਡਰੀ ਸਿੱਖਿਆ ਮੰਤਰੀ ਵਜੋਂ ਆਪਣੇ ਕੈਬਨਟਾ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਇਹ ਦੋਨੇ ਕਿ ਇਜ਼ਰਾਈਲ ਦੀ ਸਥਾਪਨਾ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਕਰਕੇ ਉਹਨਾਂ ਦਾ ਵਿਰੋਧ ਹੋਇਆ 30 ਜਨਵਰੀ ਨੂੰ ਉਹਨਾਂ ਦੀ ਟਿੱਪਣੀਆਂ ਤੇ ਪੈਲਸਟਿਨੀ ਪੱਖੀ ਸਮੂਹਾਂ ਵਿੱਚ ਰੋਸ ਪੈਦਾ ਕਰਦਿਆਂ ਉਹਨਾਂ ਨੂੰ ਨਸਲਵਾਦੀ ਤੇ ਇਸਲਾਮੋਫੋਬੀਆ ਕਿਹਾ ਗਿਆ ਰੋਬਿੰਸਨ ਨੇ ਕਿਹਾ ਕਿ ਉਸ ਨਾਲ ਨਸਲਵਾਦ ਵਿਰੋਧੀ ਸੰਸਦ ਦੇ 77 ਸਾਬਕਾ ਸਹਿਯੋਗੀ ਮੇਬਲ ਐਲਮੋਰ ਤੋਂ ਵੱਖਰਾ ਸਲੂਕ ਕੀਤਾ ਜਾ ਰਿਹਾ ਹੈ ਐਲਮੋਰ ਨੇ ਆਪਣੀਆਂ ਟਿੱਪਣੀਆਂ ਕਾਰਨ ਆਪਣੀ ਥਾਂ ਨਹੀਂ ਗਵਾਈ ਪਰ ਜੋ ਉਸ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲੀਆਂ ਸਨ ਤੇ ਸਲੀਨਾ ਰੋਬਿੰਸਨ ਨੂੰ ਉਲਟਾ ਆਪਣਾ ਅਹੁਦਾ ਗਵਾਣਾ ਪਿਆ ਉਹਨਾਂ ਕਿਹਾ ਹੈ ਕਿ ਇੱਕ ਦੋਹਰਾ ਮਾਪਦਨ ਸੀ ਜਿਸ ਨੇ ਯਹੂਦੀ ਭਾਈਚਾਰੇ ਨੂੰ ਡੂੰਗੀ ਸੱਟ ਮਾਰੀ ਤੇ ਮੈਨੂੰ ਵੀ ਸੱਟ ਮਾਰੀ ਰੋਬਿੰਸਨ ਜੋ ਵਿਤ ਮੰਤਰੀ ਰਹਿ ਚੁੱਕੇ ਨੇ ਉਹਨਾਂ ਕਿਹਾ ਕਿ ਉਹਨਾਂ ਨੇ ਈਬੀ ਤੇ ਕਿਸੇ ਵੀ ਹੋਰ ਮੈਂਬਰ ਜੋ ਕੌਕਰਸ ਦੇ ਨੇ ਤੋ ਕੁਝ ਅਜੇ ਨਹੀਂ ਸੁਣਿਆ ਜਦੋਂ ਉਹਨਾਂ ਨੇ ਆਪਣਾ ਫੈਸਲਾ ਸੁਣਾਇਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ